ਇਨਸ਼ਾਅੱਲਾ ਮੁਰਸ਼ਦ ਦੇ ਸਦਕੇ ਸਾਰੇ ਦੋਸਤਾਂ ਨੂੰ ਸਾਰੇ ਸੰਗੀਆਂ ਨੂੰ ਪਤਾ ਹੈ ਇਨਸ਼ਾਅੱਲਾ ਸਾਰੀ ਜਮਾਤ ਵਿੱਚੋਂ ਸਭ ਤੋਂ ਜ਼ਿਆਦਾ ਵਕਤ ਉਹਨਾਂ ਨਾਲ ਰਹਿਣਾ ਨਸੀਬ ਹੋਇਆ ਅਤੇ ਇਨਸ਼ਾਅੱਲਾ ਸੁਗਨਾਗਾਰ ਨੂੰ ਕਿਉਂ ਅਤੇ ਸਰਕਾਰ ਜਦੋਂ ਡਿਊਟੀ ਲਗਾਉਂਦੇ ਸਨ ਅਤੇ ਮਾਲਕ ਸੋਹਣੇ ਦੀ ਮਿਹਰਬਾਨੀ ਨਾਲ ਮੁਰਸ਼ਦ ਦੀਆਂ ਦੁਆਵਾਂ ਨਾਲ ਮੋਟਰਸਾਈਕਲ ਸੀ ਮੇਰੇ ਕੋਲ ਇਹ ਤਕਸੀਮ ਬਾਅਦ 'ਚ ਹੀ ਸੀ ਜੀ 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 ਹਜ਼ੂਰ ਉਹ ਮੁਰਸ਼ਦ ਪਾਕ ਨੇ ਡਿਊਟੀ ਲਗਾਉਣੀ ਅਤੇ ਵਜ਼ੀਰ ਆਜ਼ਮ ਸਾਹਿਬ ਨੇ ਫੋਨ ਕਰ ਦੇਣਾ ਜਾਂ ਪਹਿਲੇ ਫੋਨ ਜਦੋਂ ਨਹੀਂ ਸੀ ਸਾਈਕਲ 'ਤੇ ਤੂੰ ਚਲੇ ਜਾਣਾ ਮੇਰੇ ਕੋਲ ਸਾਈਕਲ ਉੱਥੇ ਖੜ੍ਹਾ ਕਰਨਾ ਉੱਥੇ ਫਿਰ ਮੋਟਰਸਾਈਕਲ 'ਤੇ ਅਸੀਂ ਡਿਊਟੀ ਕਰਨੀ ਤਕਰੀਬਨ 99-2000 ਦੀ ਬਾਅਦ ਅਸੀਂ ਡਾਕ ਤਕਸੀਮ ਕਰ ਰਹੇ ਸਨ ਲੀਲਾ ਹਰਾਵਾਂ ਪਿੰਡ ਉੱਥੋਂ ਅਸੀਂ ਡਾਕ ਤਕਸੀਮ ਕਰਦੇ ਕਦੇ ਤਰ੍ਹਾਂ ਲੇਟ ਹੋ ਗਏ ਤਕਰੀਬਨ ਸ਼ਾਮ ਤੋਂ ਬਾਅਦ ਇਸ਼ਾ ਦਾ ਟਾਈਮ ਹੋ ਗਿਆ ਤੋ ਇਹਨਾਂ ਦਿਨਾਂ 'ਚ ਕਹਿੰਦੇ ਸੀ ਲੋਕ ਅਕਸਰ ਲੋਕ ਕਹਿੰਦੇ ਜੀ ਇੱਕ ਪਾਰਟੀ ਆਈ ਹੈ ਕੋਈ ਥੋੜ੍ਹਾ ਪਾਰਟੀ ਕਹਿੰਦੀ ਸੀ ਕੋਈ ਕਹਿੰਦੇ ਦੇਲੀ ਕੱਢ ਲੈਂਦੇ ਨੇ ਉਹਨਾਂ ਦਾ ਮੁਰਸ਼ਦ ਪਾਕ ਦੇ ਬਾਰੇ ਇਤਨਾ ਪੁਖਤਾ ਯਕੀਨ ਸੀ ਪੁਖਤਾ ਇਮਾਨ ਸੀ ਕਿ ਉਹ ਡੱਟ ਜਾਂਦੇ ਸਨ ਉਹ ਕਹਿਣ ਲੱਗੇ ਯਾਰ ਜੇ ਇਹ ਦਿਲ ਮੁਰਸ਼ਦ ਨੂੰ ਕਬੂਲ ਨਹੀਂ ਇਹਦੇ ਵਿੱਚ ਮੁਰਸ਼ਦ ਨਹੀਂ ਵਸਦਾ ਫਿਰ ਇਸ ਦੀ ਲੋੜ ਨਹੀਂ ਫਿਰ ਇਸ ਦਿਲ ਦੀ ਲੋੜ ਨਹੀਂ ਤੇ ਜੇ ਮੇਰੇ ਮੁਰਸ਼ਦ ਦਾ ਦਿਲ ਹੈ ਤੇ ਫਿਰ ਕਿਸੇ ਦੀ ਪਰਵਾਹ ਨਹੀਂ ਕੋਈ ਕੁਝ ਕਰ ਹੀ ਨਹੀਂ ਸਕਦਾ ਫਿਰ ਕੋਈ ਕੁਝ ਸਾਨੂੰ ਕਹਿ ਨਹੀਂ ਸਕਦਾ ਤੇ ਅਸੀਂ ਇਨਸ਼ਾਅੱਲਾ ਦਿਨ ਥੋੜੇ ਰਹਿੰਦੇ ਸਨ ਉਰਸੇ ਪਾਕ ਦੇ ਵਿੱਚ ਦਿਨ ਥੋੜੇ ਸਨ ਡਾਕ ਜੇ ਸਾਡੀ ਜ਼ਿਆਦਾ ਸੀ ਕਿਉਂਕਿ ਇੱਧਰ ਸਲੈਰ ਵੀ ਸਾਰੀ ਤਕਸੀਮ ਕਰਨੀ ਫਿਰ ਨਾਰੋਵਾਲ ਵੀ ਤਕਸੀਮ ਕਰਨਾ ਫਿਰ ਉਸ ਤੋਂ ਬਾਅਦ ਸਾਰਾ ਨੂਰਕੋਟ ਭਜਨੇ ਦਾ ਏਰੀਆ ਕਰਕੇ ਉਸ ਬਾਅਦ ਬਈਓ ਭਾਰ ਵੀ ਜਾਣਾ ਅਤੇ ਟਾਈਮ ਸੀ ਥੋੜ੍ਹਾ ਅਤੇ ਉਹ ਜਲਾਲ 'ਚ ਆ ਗਏ ਕਹਿਣ ਲੱਗੇ ਜੇ ਇਹ ਦਿਲ ਮੁਰਸ਼ਦ ਦਾ ਨਹੀਂ ਰੱਬ ਰਸੂਲ ਨੂੰ ਇਹ ਦਿਲ ਮਨਜ਼ੂਰ ਨਹੀਂ ਮੁਰਸ਼ਦ ਦੇ ਦਿਲ 'ਚ ਨਹੀਂ ਵਸਦਾ ਇਹ ਦਿਲ ਚਾਹੀਦਾ ਹੀ ਨਹੀਂ ਤੇ ਅਗਰ ਮੁਰਸ਼ਦ ਦਾ ਦਿਲ ਹੈ ਫਿਰ ਕੋਈ ਇਹਦਾ ਕੁਝ ਵਿਗਾੜ ਕੋਈ ਨਹੀਂ ਸਕਦਾ ਫਿਰ ਦਾ ਕੋਈ ਵਿਗਾੜ ਨਹੀਂ ਸਕਦਾ ਇਸ ਤਰ੍ਹਾਂ ਚੱਲਦਿਆਂ ਚੱਲਦਿਆਂ ਕਾਫੀ ਗੱਲਾਂ ਬਾਤਾਂ ਹੋਣੀਆਂ ਕਈ ਵਾਰੀ ਬਾਜ਼ ਔਕਾਤ ਇਬਤਦਾਈ ਦੌਰ ਸੀ ਮੇਰਾ ਤੇ ਫਿਰ ਨੋਕ ਚੋਕ ਵੀ ਉਹਨਾਂ ਦੇ ਨਾਲ ਹੋਣੀ ਮੈਂ ਕਿਸੇ ਗੱਲ ਨੂੰ ਤਕਰਾਰ ਵੀ ਕਰਨਾ ਜ਼ਿੱਦ ਵੀ ਕਰ ਲੈਣੀ ਉਹਨਾਂ ਫਿਰ ਬੜੇ ਅਸ ਦੇਖੋ ਮੁਰਸ਼ਦ ਪਾਕ ਦੀ ਬਾਰਗਾਹ 'ਚ ਰਹਿੰਦਾ ਮੁਰਸ਼ਦ ਪਾਕ ਵੀ ਤਰਬੀਅਤ ਫਰਮਾਉਂਦੇ ਨੇ ਮੁਰਸ਼ਦ ਪਾਕ ਵੀ ਮੁਰੀਦ ਦੀ ਤਰਬੀਅਤ ਫਰਮਾਉਂਦੇ ਨੇ ਲੇਕਿਨ ਸਾਨੂੰ ਉਹਨਾਂ ਕੋਲੋਂ ਬੜੇ ਆਸਰ ਅੰਦਾਜ਼ ਨਾਲ ਤਰਬੀਅਤ ਹੋਈ ਹੈ ਜੇ ਉਹਨਾਂ ਦਾ ਮੁਰਸ਼ਦ ਪਾਕ ਦੇ ਫਰਮਾਨ ਨੂੰ ਬੜਾ ਸਲੀਸ ਕਰਕੇ ਬੜਾ ਆਸਾਨ ਕਰਕੇ ਇਸ ਤਰੀਕੇ ਨਾਲ ਇਸ ਅੰਦਾਜ਼ ਨਾਲ ਗੁਫ਼ਤਗੂ ਕਰਨੀ ਕੋ ਜਿਹੜੇ ਸਾਡੇ ਵਰਗੇ ਅਨਪੜ੍ਹ ਲੋਕ ਸਨ ਉਹਨਾਂ ਨੂੰ ਬੜੀ ਆਸਾਨੀ ਨਾਲ ਸਮਝ ਆ ਜਾਣੀ ਔਰ ਕਈ ਵਾਰੀ ਲੈਣੋਂ ਉਤਰਨਾ ਕਈ ਵਾਰੀ ਦੁਨੀਆਦਾਰ ਸਾਂ ਦੁਨੀਆਦਾਰੀ ਦਾ ਨਿਜ਼ਾਮ ਸੀ ਦੁਨੀਆਦਾਰੀ ਦੇ ਨਿਜ਼ਾਮ ਵਿੱਚ ਕਦੀ ਇਹ ਸੋਚਣਾ ਕਿ ਵਾਲਦ ਸਾਹਿਬ ਨਾਰਾਜ਼ ਹੋ ਰਹੇ ਨੇ ਕਦੀ ਕੋਈ ਦੁਨੀਆਦਾਰੀ ਦੇ ਮਾਮਲਾ 'ਚ ਘਰ ਦਾ ਕੋਈ ਨੁਕਸਾਨ ਹੋ ਰਿਹਾ ਤੇ ਜ਼ਰਾ ਜਿਹਨਾਂ ਕੋਈ ਥੜਕਣ ਫਿੜਕਣ ਲੱਗਣਾ ਨਾ ਉਹਨਾਂ ਇਸ ਤਰੀਕੇ ਨਾਲ ਗੁਫ਼ਤਗੂ ਕਰਨੀ ਇਸ ਤਰੀਕੇ ਨਾਲ ਗੁਫ਼ਤਗੂ ਕਰਨੀ ਕਿ ਬਿਲਕੁਲ ਧੁੱਕੇ ਵਾਂਗੂ ਸਿੱਧਾ ਕਰ ਦੇਣਾ ਕਿਉਂਕਿ ਮੁਰਸ਼ਦ ਪਾਕ ਦੀ ਮੁਹੱਬਤ ਦਿਲ ਵਿੱਚ ਭਰ ਦੇਣੀ ਮੁਰਸ਼ਦ ਪਾਕ ਦੇ ਬਾਰੇ ਅਕੀਦਾ ਇਤਨਾ ਮਜ਼ਬੂਤ ਕਰ ਦੇਣਾ ਇਤਨਾ ਮਜ਼ਬੂਤ ਕਰ ਦੇਣਾ ਕਿ ਫਿਰ ਜਦੋਂ ਘਰ ਜਾਣਾ ਨਾ 100 ਵੀ ਗੱਲਾਂ ਘਰ ਵਾਲਿਆਂ ਕਰਨੀਆਂ ਨਾ ਉਹ ਇੱਧਰੋਂ ਫਿਰ ਇੱਧਰ ਨੂੰ ਨਹੀਂ ਆਉਣੀ ਇੱਧਰੋਂ ਫਿਰ ਇੱਧਰ ਨੂੰ ਨਹੀਂ ਜਾਣੀਆਂ ਯਾਨੀ ਕਿ ਉਹ ਬਾਹਰੋਂ ਬਾਹਰ ਫਿਰ ਗੁਜ਼ਰ ਜਾਣੀਆਂ ਉਹ ਸਰਕਾਰ ਯਾਨੀ ਕਿ ਸਰਕਾਰ ਦੀ ਮੁਹੱਬਤ ਇਸ ਕਦਰ ਦਿਲ ਦੇ ਵਿੱਚ ਕੁੱਟ ਕੁੱਟ ਕੇ ਭਰ ਦੇਣੀ ਉਹਨਾਂ ਨੇ ਗੱਲਾਂ ਬਾਤ ਬਜ਼ੁਰਗਾਂ ਦੇ ਵਾਕਿਆ ਸੁਣਾਉਣੇ ਫਲਾਣੇ ਬਜ਼ੁਰਗਾਂ ਨੇ ਮੁਰਸ਼ਦ ਦੀ ਨੌਕਰੀ ਕੀਤੀ ਫਲਾਣੇ ਮੁਰਸ਼ਦ ਦੀ ਡਿਊਟੀ ਕੀਤੀ ਜਦੋਂ ਉਹਨਾਂ ਡਿਊਟੀ ਕੀਤੀ ਉਹਨਾਂ ਨੂੰ ਬਾਅਦ 'ਚ ਇਨਾਮ ਕੀ ਮਿਲਿਆ ਜਦੋਂ ਮੁਰਸ਼ਦ ਦੀ ਡਿਊਟੀ ਕੀਤੀ ਤਾਂ ਬਾਅਦ 'ਚ ਇਨਾਮ ਕੀ ਮਿਲਿਆ ਅੱਜ ਵੀ ਉਹਨਾਂ ਦਾ ਨਾਮ ਜਿੰਦਾ ਅੱਜ ਉਹਨਾਂ ਦਾ ਮੁਕਾਮ ਜਿੰਦਾ ਅੱਜ ਉਹਨਾਂ ਦੀ ਸ਼ਾਨ ਜਿੰਦਾ ਅੱਜ ਦੁਨੀਆ ਨਾਂ ਲੈਂਦੀ ਹੈ ਕਿਉਂ ਲੈਂਦੀ ਆ ਉਹਨਾਂ ਮੁਰਸ਼ਦ ਦੀ ਨੌਕਰੀ ਕੀਤੀ ਆ ਉਹਨਾਂ ਮੁਰਸ਼ਦ ਦੀ ਡਿਊਟੀ ਕੀਤੀ ਆ ਉਹਨਾਂ ਆਖਿਆ ਮੈਂ ਆਪਣੀ ਜ਼ਿੰਦਗੀ ਦੇ ਉੱਤੇ ਕਿਤਾਬ ਲਿਖਾਂ ਆਪਣੀ ਜ਼ਿੰਦਗੀ ਦੇ ਮਸਾਇਬ ਆਪਣੀ ਜ਼ਿੰਦਗੀ ਦੇ ਮਸਾਇਲ ਆਪਣੀ ਉਹ ਮੈਂ ਕਿਤਾਬ ਲਿਖਾਂ ਤੋ ਇਤਨੀ ਬੜੀ ਕਿਤਾਬ ਪੰਜ ਕਿ ਹੋ ਸਕਦਾ ਉਹ ਕਲਾਵੇ 'ਚ ਨਾ ਆਵੇ ਅਤੇ ਅੱਜ ਮੈਂ ਹੁਣ ਮੁਰਸ਼ਦ ਦੇ ਫਜ਼ਲ ਲਿਖਾਂ ਜੇ ਮੁਰਸ਼ਦ ਦੇ ਕਰਮ ਲਿਖਾਂ ਮੁਰਸ਼ਦ ਦੀਆਂ ਮਿਹਰਬਾਨੀਆਂ ਲਿਖਾਂ ਮੁਰਸ਼ਦ ਦੇ ਇਹਸਾਨ ਲਿਖਾਂ ਅਤੇ ਉਹ ਕਲਾਵੇ ਤੋਂ ਵੀ ਵੱਡੀ ਹੈ ਜਿਹਨੀ ਕੋਈ ਤਾਂ ਮੁਕੰਮਲ ਹੀ ਨਹੀਂ ਹੋ ਸਕਦੀ ਜਿਹਨੇ ਇਸ ਤਰੀਕੇ ਨਾਲ ਕੋਈ ਵੀ ਗੱਲਬਾਤ ਕਰਨੀ ਨਾ ਉਹਨਾਂ ਨਾਲ ਸਵਾਲ ਕਰਨਾ ਮੈਂ ਅਕਸਰ ਸਵਾਲ ਕਰਦੇ ਰਹਿਣਾ ਮੋਟਰਸਾਈਕਲ 'ਤੇ ਹੀ ਬਹਿਣਾ ਅਤੇ ਫਿਰ ਇਹ ਖਮੋਸ਼ ਨਹੀਂ ਰਹਿਣਾ ਸਵਾਲ 'ਤੇ ਸਵਾਲ ਸਵਾਲ 'ਤੇ ਸਵਾਲ ਕਰਦਿਆਂ ਰਹਿਣਾ ਅਤੇ ਕਈ ਵਾਰ ਹੁਣ ਆਖਿਆ ਖਲੀਫਾ ਸਾਹਿਬ ਹੁਣ ਜ਼ਰਾ ਥੋੜ੍ਹੀ ਜਿਹੀ ਖਮੋਸ਼ੀ ਇਖਤਿਆਰ ਕਰੋ ਮੈਂ ਜ਼ਰਾ ਰਾਬਤਾ ਕਰ ਲਾਂ ਖੁਸ਼ ਤਬੀਬ ਘਰੇ ਨਾਲ ਮੈਂ ਜ਼ਰਾ ਰਾਬਤਾ ਕਰਨਾ ਇਸ ਟਾਈਮ ਜ਼ਰਾ ਮੋਬਾਈਲ ਫੋਨ ਬੰਦ ਹੈ ਇਸ ਟਾਈਮ ਮੇਰਾ ਰਾਬਤਾ ਨਹੀਂ ਹੋਇਆ ਨੈਟਵਰਕ ਆਫ ਹੈ ਮੁਖ ਤਾਂ ਖੁਸ਼ ਤਬੀਬ ਕਰਨੀ ਬਸ ਸੁਰਤ ਉਹਨਾਂ ਦੇ ਨਾਲ ਕਾਫੀ ਵਕਤ ਗੁਜ਼ਰਿਆ ਅਤੇ ਅੱਲਾਹ ਤਾਲਾ ਦਾ ਇਹ ਖਾਸ ਫਜ਼ਲ ਹੈ ਮੁਰਸ਼ਦ ਦੀਆਂ ਦੁਆਵਾਂ ਨਗਾਵਾਂ ਦੇ ਸਦਕੇ ਸੋਹਣੇ ਨਬੀ ਦੀ ਬੜੀ ਮਿਹਰਬਾਨ ਅਕਸਰ ਜਾਣਾ ਨਾ ਡਾਕ ਲੈ ਕੇ ਅਤੇ ਆ ਜਾ ਕੇ ਜਲਦੀ ਜਲਦੀ ਚਾਹ ਜਾਂ ਪਾਣੀ ਉਹ ਕਹਿਣ ਲੱਗ ਉਹਨਾਂ ਨੇ ਕਹਿਣਾ ਕਰਨਾ ਕਿ ਯਾਰ ਬੋਤਲਾਂ ਨਹੀਂ ਪੀਣੀਆਂ ਮੈਦਾ ਖਰਾਬ ਕਰਦੀਆਂ ਲੋਕਾਂ ਫਟਾਫਟ ਚਾਹ ਬਣਾ ਲੈਣੀ ਚਾਹ ਬਣਾਉਣੀ ਅਤੇ ਮੈਂ ਕੀ ਕਰਨਾ ਨਾ ਮੈਂ ਹਾਂ ਫਰੂਕ ਸਾਹਿਬ ਮੈਂ ਥੋੜ੍ਹੀ ਪੀਣੀ ਹੈ ਚਾਹ ਤੁਸੀਂ ਜਲਦੀ ਪੀਓ ਉਹਨਾਂ ਅੱਖ ਬੰਦ ਕਰਕੇ ਚਾਹ ਪੀਣੀ ਜਦੋਂ ਅੱਧਾ ਕੱਪ ਹੋ ਜਾਣਾ ਮੈਂ ਕਹਿੰਦਾ ਫਰੂਕ ਸਾਹਿਬ ਮੇਰੇ ਕੋਲ ਲੈ ਲਓ ਅੱਧਾ ਕੱਪ ਅਗਲੇ ਤੁਸੀਂ ਚਾਹ ਮੈਨੂੰ ਦਿੰਦੇ ਹੋਰ ਕੋਈ ਚੀਜ਼ ਨਹੀਂ
اکثر کہنا خلیفہ صاحب ڈکار آن لگ پیا. خلیفہ صاحب ڈکار آ رہا, گیس بڑا تنگ کر رہی ہے, میدے کا مسئلہ. ایک جمعہ سی, مجھے یاد نہیں آ رہا کہڑی جگہ تے جمعہ سی, جمعہ تو مبارک سی تے لنگر پکایا, پتہ نہیں کہڑے سنگی نے. فاروق صاحب فرمان لگے کہ یار میرے واسطے کھچڑی بنا لیا. وہ کھچڑی بنوا لی انہیں, تو کھچڑی تے بوٹی بھی پائی, جی. فاروق صاحب نے جدوں سرکار نے بیٹھا ہونا تے فاروق صاحب نے باہر آنا نا, تے ادھا پرنا تھلے لمکدا ہونا, ادھا پرنا پھڑیا, منہ صاف کردیا کردیا رومال نال منہ پوچھ دیا نا, تے آندے آ کے نا تے ایس آر کر کے سرکار دے قریب جا کے نا تے اجے بیٹھن لگنا, سرکار نے پہلے فرما دینا جو منگنا مانگ لو تے کیپسول نہ منگیو. چلو خوش تبھی شروع ہو جانی, خوش تبھی شروع اس طرح بیٹھ جانا. پر ان شاء اللہ انہوں نے جڑا ساڈا وقت گزریا نہیں, ساڈے واسطے بہت بڑی خوش بختی ہے. یہو جہاں مخلص ساتھی, پیار والا ساتھی, مرشد کا وفادار ساتھی. ویکھو مرید تے اپنے پیر نال محبت کرتا ہی کرتا, ہر مرید کہتا اپنے پیر نال پیار کرنا. یار کمال تے کہ مرشد فرما اپنے مرید نال پیار کرنا. اج بھی جی اج سرکار نے سٹیج دے اتنے فرمایا, ہاں جی. اور سرکار دے جڑا اس ٹائم چہرہ مبارک سی, چشم مبارک آپ دیدہ سی, جس ٹائم سرکار لفظ فرما رہے سن کہ منو ہر چہرے وچ, چار بھی سرکار نے فرمایا کہ منو ہر چہرے وچ فاروق نظر آ رہا ہے. آج سرکار نے فرمایا کہ پوری سلیر وچ, جی جی, میرے فاروق نے ایڈا باغ لگایا, میرے نال چل کے جماعت دے نال چل کے پوری سلیر وچ ہر پنڈ وچ بوٹا لایا, تے اج تہانوں باغ نظر آ رہا ہے, منو ہر چہرے وچ فاروق ہی نظر آ رہا ہے. سبحان اللہ, سبحان اللہ, میرا فاروق, یعنی کہ سرکار فرمان کہ میرا فاروق. اسی تے کہنے میرا مرشد, میرا مرشد, مزہ تے دے جن کہ مرشد فرمائے میرا مرید, میرا پتر, میرا مرید, میرا فاروق. ہاں جی, یہ بھی تو انہاں واسطے ایک بہت بڑی سنت ہے, بہت بڑا اعزاز ہے, بہت بڑا شرف ہے. سبحان اللہ, آ کے کشف کرنا, آ کے کشف کرنا, یہ تو مرشد پاک نو کشف قبور حاصل ہے نا, آ کے کشف کرنا, قبر تے بیٹھ جانا, بیٹھ کے آ کے پھر مرید نال رابطہ کرنا, گل بھی کرنی. وہ تو پھر راز والے جان دین کی ہو رہی سی, جی وہ تو جنوں باطن دی اکھ مرشد نے عطا فرمائی وہ ویکھ سکتا ہے, ہر بندہ تو ویکھ نہیں سکتا. جی ضرور, سبحان اللہ. دیکھو جی ساڈے واسطے بھی خوش بختی ہے, خاص کر انہاں دا خونی رشتہ جڑا انہاں واسطے بہت بڑی خوش بختی ہے کہ انہاں دے وچوں ایسا. سبحان اللہ, جی جی میں عرض کیتا ساڈے واسطے بہت بڑی خوش بختی ہے جڑے انہاں دے, کیا بات, سبحان اللہ. سڈے واسطے دیکھو آئیڈیل نے, ایک مثال نے, ایک نمونہ نے. اللہ تعالیٰ سانو بھی انہوں نے نقشے قدم سے چل کے تے اپنے مرشد راضی کرنے توفیق عطا. جی مرشد پاک فرما رہے کہ اج بھی میرا اپنے مرید نہ پورا رابطہ. دیکھو وہ رابطہ کہڑا, دلوں کا رابطہ ہوتا. فاروق صاحب ایک واقعہ اکثر محفل میں سنا دے رہے ہیں کہ حضرت غوثے پاک رحمت اللہ سرکار کی ایک مریدنی سی, عاشق مریدنی. جدو سرکار تے غوثے پاک نے اپنے ممبر شریف تے بیٹھ کے جمعہ المبارک کا خطبہ ارشاد فرمانا, اس مریدنی نے اسی وقت اکھاں بند کر کے اپنے مرشد رابطہ کر لینا, اپنے مرشد رابطہ کرنا, پورا خطاب خدا, پورا فرمان, پورا خطبہ, پوری تقریر سرکار دی سننی اکھ بند کر کے. ایک دن ایسا واقعہ ہویا کہ جدو سرکار ممبر مبارک تے بیٹھن لگے, خطبہ شروع کرن لگے, اوڑی سرکار دی عاشق مریدنی سی, اس مریدنی دا اس وقت کی ٹائم سے آٹا گنن لگ پیا, یعنی کہ آٹا گند رہی سی, آٹا گندی بھی سی. اس سرکار حضرت غوثے پاک رحمت اللہ سرکار ممبر شریف سے بیٹھے, سرکار نے خطبہ شروع کیتا, اس عاشق مریدنی نے رابطہ کیتا, رابطہ کیتا, اکھا بند کر لیا, انہیں آٹا گننا چھڈ دیتا, اکھا بند کر کے سرکار دا فرمان, سرکار دا کلام, سرکار دا بیان سننا شروع کر دیتا. جدو بیان سننا شروع کر دیتا, اکھاں تے بند سن, باہروں کتا آیا,
ਕੁੱਤਾ ਆ ਕੇ ਤੇ ਆਟੇ ਨੂੰ ਜੂਠਾ ਕਰਨ ਲੱਗਾ। ਕੁੱਤਾ ਆ ਕੇ ਤੂੰ ਆ ਕੇ ਆਟੇ ਨੂੰ ਜੂਠਾ ਕਰਨ ਲੱਗਾ ਨਾ। ਹੱਟ ਗੋਸੇ ਪਾਕ ਸਰਕਾਰ ਮੈਂਬਰਸ਼ਿਪ ਤੇ ਖੁਤਬਾ ਇਰਸ਼ਾਦ ਫਰਮਾ ਰਹੇ ਨੇ, ਖੁਤਬਾ ਇਰਸ਼ਾਦ ਫਰਮਾਉਂਦੇ ਫਰਮਾਉਂਦੇ ਦੁਰ ਦੁਰ ਕੁੱਤਿਆ, ਯਾਨੀ ਕਿ ਬਿਆਨ ਕਰਦਿਆਂ ਕਰਦਿਆਂ ਤਕਰੀਰ ਕਰਦਿਆਂ ਕਰਦਿਆਂ ਫਰਮਾਉਂਦੇ ਨੇ ਦੁਰ ਦੁਰ ਕੁੱਤਿਆ। ਉਹ ਜਿਹੜੇ ਸੰਗੀ ਸਾਥੀ ਬੈਠੇ ਸਨ, ਮੁਰੀਦ ਬੈਠੇ ਸਨ, ਸਾਇਮੀਨ ਸੁਣਨ ਵਾਲੇ ਬੈਠੇ ਸਨ, ਉਹ ਬਾਅਦ ਚ ਅਰਜ਼ ਕਰਦੇ ਨੇ ਹਜ਼ੂਰ ਅੱਜ ਖਿਤਾਬ ਦੇ ਵਿੱਚ ਹੀ ਇਤਨਾ ਜਲਾਲ ਤੇ ਨਾਲ ਕੁੱਤੇ ਦਾ ਜ਼ਿਕਰ, ਦੁਰ ਦੁਰ ਕੁੱਤਿਆ। ਆ ਫਰਮਾਉਂਦੇ ਨੇ ਝੱਲਿਓ, ਤੁਹਾਨੂੰ ਨਹੀਂ ਪਤਾ ਜਿਹੜੇ ਲੋਕ ਆਸ਼ਕ ਹੁੰਦੇ ਨੇ ਉਹਨਾਂ ਦਾ ਦਿਲ ਦਾ ਰਾਬਤਾ ਹੁੰਦਾ, ਰੂਹਾਨੀ ਰਾਬਤਾ ਦਿਲ ਦਾ ਹੁੰਦਾ। ਮੇਰੀ ਇੱਕ ਆਸ਼ਕ ਮੁਰੀਦਣੀ ਹੈ, ਇੱਥੋਂ ਬਹੁਤ ਦੂਰ ਵਸਦੀ ਹੈ, ਉਹ ਜਦੋਂ ਮੈਂ ਬਿਆਨ ਕਰਨਾ ਜੁਮਾਤੁਲ ਮੁਬਾਰਕ ਖੁਤਬਾ ਇਰਸ਼ਾਦ ਫਰਮਾਨਾ, ਉਸ ਟਾਈਮ ਉਹ ਰਾਬਤਾ ਕਰਕੇ ਮੇਰਾ ਪੂਰਾ ਬਿਆਨ ਸੁਣਦੀ ਹੈ। ਅੱਜ ਜਿਸ ਟਾਈਮ ਮੈਂ ਬਿਆਨ ਸ਼ੁਰੂ ਕੀਤਾ ਉਸ ਟਾਈਮ ਉਹ ਆਟਾ ਗੁੰਨਦੀ ਪਈ ਸੀ, ਉਸ ਟਾਈਮ ਉਹ ਆਟਾ ਗੁੰਨਦੀ ਪਈ ਸੀ, ਉਹਨੇ ਉੱਥੇ ਅੱਖਾਂ ਬੰਦ ਕੀਤੀਆਂ ਅਤੇ ਮੇਰੇ ਵੱਲ ਤਵੱਜੋ ਕਰਕੇ ਦਿਲ ਦਾ ਰਾਬਤਾ ਸੀ, ਮੇਰਾ ਬਿਆਨ ਸੁਣਨ ਲੱਗ ਪਈ। ਆਟਾ ਗੁੰਨਦਿਆਂ 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 ਬਿਆਨ ਸ਼ੁਰੂ ਹੋਇਆ ਅਤੇ ਜਦੋਂ ਅਜੇ ਬਿਆਨ ਖਤਮ ਨਹੀਂ ਹੋਇਆ ਦਰਮਿਆਨ 'ਚ ਕੁੱਤਾ ਆਇਆ, ਕੁੱਤਾ ਆ ਕੇ ਆਟੇ ਨੂੰ ਜੂਠਾ ਕਰਨ ਲੱਗਿਆ ਅਤੇ ਮੈਂ ਉਹ ਕੁੱਤੇ ਨੂੰ ਮੋੜਿਆ ਦੁਰ ਦੁਰ ਕੁੱਤਿਆ ਕਹਿ ਕੇ। ਸਿਰਫ ਬਾਅਦ ਫਿਰ ਜਿਹੜਾ ਨਿਚੋੜ ਕੱਢਦੇ ਨੇ ਫਰੂਸਾ, ਉਹ ਇਹ ਕੱਢਦੇ ਨੇ ਕਿ ਬੰਦਾ ਆਪਣੇ ਮੁਰਸ਼ਦ ਦਾ ਸੱਚਾ ਮੁਰੀਦ ਬਣ ਜੇ, ਕਾਮਲ ਮੁਰੀਦ ਬਣ ਜੇ, ਸੱਚਾ ਤੇ ਸੁੱਚਾ ਮੁਰੀਦ ਬਣ ਜੇ, ਸੱਚਾ ਤੇ ਸੁੱਚਾ ਆਸ਼ਕ ਬਣ ਜੇ, ਤੇ ਫਿਰ ਲਜਪਾਲ ਮੁਰਸ਼ਦ ਜਿਹੜੇ ਨੇ ਉਹ ਮੁਰੀਦਾਂ ਆਟਾ ਵੀ ਜੂਠਾ ਨਹੀਂ ਹੋਣ ਦਿੰਦੇ, ਫਿਰ ਉਹ ਆਟਾ ਵੀ ਜੂਠਾ ਨਹੀਂ ਕਰਨ ਦਿੰਦੇ। ਹਾਂਜੀ, ਯਾਨੀ ਕਿ ਮੁਰਸ਼ਦ ਮੁਰੀਦ ਜਿਹੜਾ ਨਾ ਬੈਤ ਲਫਜ਼ਾ ਬੈ ਦੇ ਵਿੱਚ ਮੁਹੱਬਤ ਦਾ ਇਜ਼ਹਾਰ ਹੈ ਨਾ, ਉਹਦੀ ਵਫਾ ਦਾ ਇਜ਼ਹਾਰ ਹੈ ਜੀ। ਸੁਭਾਨ ਅੱਲਾ, ਵੇਖੋ ਫਾਰੂਕ ਸਾਹਿਬ ਦੇ ਵਿਸਾਲ ਮੁਬਾਰਕ ਦੇ ਬਾਕੀ ਸਾਰੇ ਵੀ ਤਸ਼ਰੀਫ ਲਿਆਏ, ਹਰ ਸਾਹਿਬ ਕਿਬਲਾ ਆਲਮ ਪੀਰ ਸੀ ਦੀ ਜਾਤ ਸਨ ਸਰਕਾਰ ਤਸ਼ਰੀਫ ਲਿਆਏ, ਅਤੇ ਕਿਬਲਾ ਆਲਮ ਸਰਕਾਰ ਆਲਾ ਹਜ਼ਰ ਕਿਬਲਾ ਆਲਮ ਪੀਰ ਸਹੀਦ ਆਬੂ ਹਸਨ ਸਰਕਾਰ ਦਰਬਾਰ ਸ਼ਰੀਫ 'ਤੇ ਹੀ ਤਸ਼ਰੀਫ ਫਰਮਾ ਸਨ। ਵਿਸਾਲ ਤੋਂ ਦੋ ਦਿਨ ਬਾਅਦ ਆਪਨੇ ਖਾਣਾ ਨਹੀਂ ਖਾਧਾ, ਯਾਨੀ ਕਿ ਇਤਨਾ ਸਰਕਾਰ ਨੂੰ ਜਿਹੜਾ ਨਾ ਸਦਮਾ ਜਾਂ ਕਮੀ ਮਹਿਸੂਸ ਕੀਤੀ ਸਰਕਾਰ ਨੇ, ਜੁਦਾਈ ਮਹਿਸੂਸ ਕੀਤੀ ਸਰਕਾਰ ਨੇ। ਦੋ ਦਿਨ ਬਾਅਦ ਕਿਬਲਾ ਆਲਮ ਵੱਡੇ ਸਾਹਿਬਜ਼ਾਦਾ ਪੀਰ ਸੈਯਦ ਅਹਿਮਦ ਮੌਂਸ਼ਾ ਸਾਹਿਬ ਆਪ ਸਰਕਾਰ ਆ ਕੇ ਅਰਜ਼ ਕਰਦੇ ਨੇ ਬੂਝੀ ਖਾਣਾ ਖਾਓ। ਆਪ ਨੇ ਫਰਮਾਇਆ ਕਿ ਆਪਣੇ ਖਾਨਦਾਨ ਵਿੱਚੋਂ ਵੀ ਕਾਫੀ ਹਸਤੀਆਂ ਜਿਹੜੇ ਦੁਨੀਆ ਤੋਂ ਪਰਦਾ ਜੁਦਾਈ ਜ਼ਾਹਰੀ ਤੌਰ 'ਤੇ ਹੋਈ ਹੈ, ਉਹਨਾਂ ਦਾ ਵੀ ਇਤਨਾ ਸਦਮਾ ਮੈਨੂੰ ਨਹੀਂ ਮਹਿਸੂਸ ਹੋਇਆ ਜਿੰਨਾ ਕਿ ਅੱਜ ਫਾਰੂਕ ਸਾਹਿਬ ਲੱਗਦਾ ਜਿਵੇਂ ਕੋਈ ਚੀਜ਼ ਜੁਦਾ ਹੋ ਗਈ ਹੈ। ਯਾਨੀ ਕਿ ਗੱਲ ਕਰਨ ਦਾ ਮੇਨ ਮਕਸਦ, ਲੁਬੇ ਲਬਾਬ ਅਤੇ ਮਰਕਜ਼ੀ ਖਿਆਲ ਇਹ ਕਿ ਸਰਕਾਰ ਅੱਲਾ ਦੇ ਵਲੀ ਸ਼ਹਿਨ ਸ਼ਾਹ ਵਲੀਆਂ ਦੇ ਬਾਦਸ਼ਾਹ ਵੀ ਉਹਨਾਂ ਦਾ ਜਾਣ ਦੀ ਕਮੀ ਮਹਿਸੂਸ ਕਰ ਰਹੇ ਨੇ। ਯਾਨੀ ਕਿ ਇਹੋ ਜਿਹਾ ਅਨਮੋਲ ਹੀਰਾ ਅੱਲਾ ਤਾਲਾ ਨੇ ਸੋਹਣੇ ਨਬੀ ਨੇ ਚੁਣ ਕੇ ਦਿੱਤਾ ਸੀ ਚੂਰਾ ਸ਼ਰੀਫ ਨੂੰ ਪੂਰੀ ਦੁਨੀਆ ਦੇ ਵਿੱਚੋਂ, ਅਤੇ ਸਰਕਾਰ ਮਿਸਾਲ ਦਿੰਦੇ ਨੇ ਕਿ ਪੂਰੀ ਦੁਨੀਆ ਵਿੱਚ ਬਾਅਦ 'ਚ ਦੂਸਰਾ ਫਾਰੂਕ ਨਹੀਂ ਪੈਦਾ ਹੋ ਸਕਦਾ ਜੀ ਜੀ। ਮੈਂ ਯਾਨੀ ਕਿ ਬਿਲਾਲ ਸਰਕਾਰ ਨੇ ਉਰਸੇ ਭਾਗ 'ਤੇ ਵੀ ਸਰਕਾਰ ਨੇ ਫਰਮਾਇਆ ਕਿ ਸਾਰੇ ਦੁਆ ਕਰੋ ਅੱਲਾ ਤਾਲਾ ਉਹਨਾਂ ਦਾ ਕੋਈ ਨਿਮਲ ਬਦਲ ਸਾਨੂੰ ਅਤਾ ਫਰਮਾਏ। ਯਾਨੀ ਕਿ ਇਹ ਨਹੀਂ ਕਿ ਫਾਰੂਕ ਅਤਾ ਫਰਮਾਏ, ਯਾਨੀ ਕਿ ਨਿਮਲ ਬਦਲ ਲਫਜ਼ ਵੇਖੋ ਨਾ ਸਰਕਾਰ ਦੇ, ਸਰਕਾਰ ਸਾਰੇ ਸੰਗੀ ਦੁਆ ਕਰੋ ਕਿਬਲਾ ਆਲਮ ਸਰਕਾਰ ਨੇ ਉਰਸੇ ਭਾਗ 'ਤੇ। ਸ਼ਾਇਦ ਜਿਹੜੇ ਲੋਕ ਮੌਜੂਦ ਸਨ ਜਾਂ ਤਵੱਜੋ ਸੀ ਨਾ ਸੁਣਦੇ ਹੋਣਗੇ, ਸਰਕਾਰ ਕਿਬਲਾ ਆਲਮ ਸਰਕਾਰ ਨੇ ਫਰਮਾਇਆ ਸੀ ਸਾਰੇ ਸੰਗੀ ਦੁਆ ਫਰਮਾਓ ਕਿ ਅੱਲਾ ਤਾਲਾ ਸਾਨੂੰ ਉਸ ਬੰਦੇ ਦਾ ਕੋਈ ਨਿਮਲ ਬਦਲ ਅਤਾ ਫਰਮਾਏ। ਹਾਂਜੀ, ਯਾਨੀ ਕਿ ਇਤਨੀ ਸਰਕਾਰ ਨੇ ਕਮੀ ਮਹਿਸੂਸ, ਹਾਲਾਂ ਉਹ ਬਾਦਸ਼ਾਹ ਨੇ ਸ਼ਹਿਨਸ਼ਾਹ ਨੇ ਉਹ ਠੋਕਰ ਮਾਰ ਕੇ ਜਿਹਨਾਂ ਪੱਥਰਾਂ ਕੋਲੋਂ ਕੰਮ ਲੈ ਸਕਦੇ ਨੇ, ਮਕਸਦ ਕੰਮ ਲੈਣਾ ਨਹੀਂ, ਵੇਖੋ ਨਾ ਉਹਦੀ ਵਫਾ ਵੇਖੋ, ਉਹਦੀ ਡਿਊਟੀ ਵੇਖੋ, ਅਤੇ ਫਿਰ ਸਰਕਾਰ ਦੀ ਉਹਦੇ ਮੁਤਲਕ ਅੱਛਾ ਸ਼ਗੂਨ ਵੇਖੋ ਕਿ ਸਰਕਾਰ 40 ਸਾਲ ਕੋਈ ਗਲਤੀ ਨਹੀਂ ਕੀਤੀ। ਹਾਲਾਂ ਅਸੀਂ ਮਿੰਟ ਮਿੰਟ 'ਤੇ ਗਲਤੀਆਂ ਕਰੀਏ, ਮਿੰਟ ਮਿੰਟ 'ਤੇ ਕੁਤਾਹੀਆਂ ਕਰੀਏ, ਮਿੰਟ ਮਿੰਟ 'ਤੇ ਬੁਰਾਈਆਂ ਕਰੀਏ, ਮਿੰਟ ਮਿੰਟ ਕਦਮ ਕਦਮ 'ਤੇ ਭੁੱਲ ਜਾਂਦੇ ਹਾਂ, ਲੇਕਿਨ ਸਰਕਾਰ ਦੀ ਲੱਜ ਪਾ ਲਈ, ਸਰਕਾਰ ਨੂੰ ਸਨਅਤ ਅਤਾ ਫਰਮਾ ਦਿੱਤੀ, ਸਰਟੀਫਿਕੇਟ ਅਤਾ ਫਰਮਾ ਦਿੱਤਾ ਕਿ 40 ਸਾਲ ਦੇ ਵਿੱਚ ਕੋਈ ਗਲਤੀ ਨਹੀਂ ਕੀਤੀ। ਇਹ ਕੋਈ ਛੋਟੀ ਬਾਤ ਨਹੀਂ, ਇਹ ਕੋਈ ਛੋਟੀ। ਸੁਭਾਨ ਅੱਲਾ,
سبحان ہاں جی شرفن تے سارے پتر نے جی بالکل وسوق نال سرکار وسوق نال فرماندے کہ میرا فاروق ہاں جی ویکھو مرید مرید تے سارے ہی نے لیکن فاروق صاحب مراد نے جی وہ مراد بن گئے نے مرید تے سارے ہی نے سب نو مرید کردے نے سرکار سب نے کلمہ پڑھیا سب محبت بھی کردے نے خدمتاں بھی کردے پے نے اللہ تعالیٰ خدمت نصیب رکھے اللہ تعالیٰ سب نو موقع دے خدمت دا یہ بھی بہت بڑی بات ہے اس گئے گزرے دور دے وچ دنیا داراں وچوں نکل کے رشتیاں وچوں نکل کے تے آ کے مرشد دی بارگاہ وچ چند گھڑیاں مل جاں میں نہ بڑی بات ہے سبحان اللہ انہوں نے بچیاں نو مبارک ہوئے جی آپ دا فرمان انہوں نے بچیاں نو سرکار دا یہ فرمان مبارک ہوئے تو اللہ تعالیٰ انہوں نے توفیق دوے کہ مزید لاجاں رکھن سبحان اللہ میرے فاروق دے بچیاں نے میرے فاروق دی لاج رکھ لی سبحان اللہ کیا بات بڑی بات ہے سبحان یعنی کہ سانو کہ نمونہ مل گیا سانو کہ نمونہ مل گیا پہلے یہ دعا سی کہ اسی دعا کرے اللہ تعالیٰ سانو ایوی عطا کرے ایوی عطا کرے ایس طرح کری یہ ساڈا نمونہ ساڈا سانو کہ ایسا کر لئیے جی 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 بے شک تمام مریداں واسطے تمام یاراں نے طریقت واسطے فاروق صاحب ایک نمونہ سن تے جڑا ساڈے کولوں بہت بڑا خزانہ ساڈے کولوں بہت بڑا خزانہ جدا ہو گیا پیر احمد صاحب سرکار ایک دن فرما رہے سن پیر احمد صاحب سرکار ایک دن فرما رہے سن کہ بہت بڑی لائبریری جڑی ہے نا وہ ساری حزب اللہ دفن ہو گئی جی جی سرکار نے پڑھا بہت بڑی لائبریری ہزاراں ہاں کتاباں دی لائبریری جڑی ساری حزب اللہ دی زمین چ دفن ہو گئی ہے ہاں جی پھر سرکار نے ایک ارشاد بھی فرمایا کہ جڑے جڑے سنگی کول جنہ جنہ وقت کو گزریا کوئی ایک ایک گل بھی فاروق صاحب دی اپنے کول لکھ کے مینوں نوٹ کراؤ میں عرض کی تھی ہاتھ بن کے میں کہا حضور وقت گزرن تو بعد قدر ہے پہلے اس بندے دی اسی قدر نہیں کی تھی بالکل میں پیر احمد صاحب عرض کی میں کہا حضور پہلے اسی اس بندے دی قدر نہیں کی تھی وقت گزرن تو بعد ہن قدر جی 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 بالکل جی جی بالکل کوشش بھی کرو نال دعا بھی کرو کہ اللہ تعالیٰ سانو انہوں نے نقشے قدم سے چلنے تو خاص کر سارے جڑے حزب اللہ دے جماعت دے سنگی نے انہوں کا بھی بہت بڑا نقصان ہے کیونکہ انہوں کوئی بھی معاملہ جدو الجھ جاتا سی نا انہیں آ کے جدو بیٹھنا سنگیاں دے وچ تے آ کے تے مرشد دی محبت دے بارے چ گفتگو شروع کر دینی ہے آ کے مرشد دی محبت دے بارے گفتگو شروع کر دینی ہے عقیدے دے متعلق ایسی گفتگو عقیدے دے متعلق ایسی گفتگو مرشد دی محبت دے متعلق خاص کر سنگیاں دے بارے یا سنگیاں دے بارے دیکھو اہیں آنے ہیں سرکار دے نال تے کوئی ادھر نو جا رہا ہے کوئی ورچی خانے نو جا رہا ہے وہ مختلف سنگیاں دا جڑا نا صاحب خانہ یا پنڈ والے دا سنگیاں دے متعلق مختلف ذہن دیا وہ قیاس رائیاں پیدا کردے نے اے کی کردے نے انج کیوں کردے نے انہوں نے جتھے کدے ویکھنا دو چار سنگی پنڈ والے بیٹھے نے ایک دو سنگی جماعت دا بیٹھا ہے اوتھے آ کے سنگیاں ٹاپک دے بات شروع کر دینی ہے سنگیاں دے موجود بات یعنی کہ سنگیاں دی وی نال تربیت کر دینی ہے وہ پنڈ والے دا ذہن وی صاف کر دینا جی اللہ تعالیٰ نے مرشد دے جوڑیا صدقہ مرشد دی غلامی دے صدقہ انہوں نے ایسا ول سکھایا سی آمین پر بات جتنی مرضی فاروق صاحب تے کری جو یہ نہ ختم ہونے والا موضوع ہے اے میں نہیں کوئی بھی سنگی ہے تو کسی بھی سنگی نو کھڑا کر لو
فاروق صاحب نے شروع کر دین وہ بات ختم نہیں ہو سکتی لیکن مرشد پاک دا فرمان حق ہے آ فرمایا بھی بس کوشش کرو کہ اللہ تعالیٰ سانو بھی انہوں نے نقشے قدم چلن دی توفیق عطا فرمائے ماشاءاللہ ہوں جناب مائک تے تشریف لے رہے ہیں جناب خلیفہ صوفی محمد فاروق صاحب رحمت اللہ علیہ ان دے بڑے صاحبزادے جناب مظہر فاروق جانے جانے